ਉਹ ਕੈਨੇਡਾ ਵਾਲੇ ਆਹ ਬੇਰੀ ਤੋੜਦੇ ਆ, ਆਹ ਬੇਰੀ ਆ ਉਹ ਚਾ ਤੋੜ ਲਿਆ, ਲੈ ਆਹ ਡਾਲਰ ਬਣ ਗਏ, ਕਰੋ ਗੱਲ ਮੈਂ ਵੀ ਕੈਨੇਡਾ ਹੀ ਖੜਾ। ਮਾਈ ਦੇ ਸਿਰ ਤੇ 4,000 ਟਰੇ ਜੇ ਕੱਢਦੇ ਆ ਆਪਾਂ, ਮੰਨ ਲਓ 70-80 ਕੁਇੰਟਲ ਜੇ ਕਿੱਲੇ ਦੀ ਕੱਢਦੇ ਆ ਤੇ ਰੇਟ ਐਵਰੇਜ ਜਿਹਾ ਲਾ ਲਓ ਤੁਸੀਂ 150-200 ਨੂੰ ਕਿਲੋ ਤਾਂ ਚੱਲ ਹੀ ਜਾਂਦੀ ਆ, ਮਹਿੰਗੀ ਵੀ ਵਿਕ ਜਾਂਦੀ। ਰੋੜ ਜਾ ਜੇ ਮਰ ਗਏ ਜਾਂ ਜਾਣਗੇ 10,00,000 ਦੀ ਤਾਂ ਨਿਕਲ ਹੀ ਆਉਂਦੀ ਕਿੱਲੇ ਚੋਂ, 10,00,000 ਦੀ ਨਿਕਲ। ਉਹ ਚਾਚਾ ਤੁਰਿਆ ਫਿਰਦਾ ਨਾ, ਉਹ ਚਾਚਾ ਕੈਨੇਡਾ ਵਾਲੀ ਬੈਰੀ ਤੋੜੀ ਜਾਂਦਾ, ਉਹ ਕੈਨੇਡਾ 'ਚ ਫਿਰਦਾ, ਉਹ ਡਾਲਰ ਇਕੱਠੇ ਕਰੀ ਜਾਂਦਾ, ਉਹ ਉਸੇ ਚਾਚਾ ਡਾਲਰ ਹਰਾ ਅੱਜ ਚਾਚੇ ਦਾ। ਆਪਾਂ ਕਹਿ ਦਈਏ ਸਟ੍ਰੋਬਰੀ, ਆਪਾਂ ਕਹਿੰਦੇ ਕੈਨੇਡਾ ਅਮਰੀਕਾ ਹੁੰਦੀ ਹੈ ਅਤੇ ਪੰਜਾਬ ਦੇ ਵਿੱਚ ਵੀ ਹੋਗੀ ਹੈ, ਲੈ ਆਹ ਹੋਗੀ ਇਹ 'ਚ ਗੁਣ ਕੀ ਆ ਬਾਈ? ਗੁਣ ਤੁਸੀਂ ਕਹਿ ਲਓ ਵੀ ਸਾਰੇ ਫਰੂਟਾਂ ਨਾਲੋਂ ਵੱਧ ਗੁਣ ਹੈ ਇਹਦੇ 'ਚ। ਇਹਦੇ 'ਚ ਕੀ ਆ? ਇਹ 'ਚ ਫਾਈਬਰ ਰੱਖ ਲਓ, ਇਹ 'ਚ ਵਿਟਾਮਿਨ ਸਾਰੇ ਮਿਲ ਜਾਂਦੇ ਤੁਹਾਨੂੰ, A-Z, ਪ੍ਰੋਟੀਨ ਮਿਲ ਜਾਂਦਾ ਇਹਦੇ ਵਿੱਚੋਂ, ਕੈਲਸ਼ੀਅਮ। ਜਿਮ ਵਾਲੇ ਮੁੰਡੇ ਤਾਂ ਹੀ ਬਾਹਲਾ ਖਾਂਦੇ ਆ ਇਹ ਨਾ, ਆਪਣੇ ਹਾਰਟ ਵਾਸਤੇ ਬਹੁਤ ਵਧੀਆ ਵਾ। ਜਿੱਦਾਂ ਜਿਹਨੂੰ ਇੱਕ ਜਿਹੜਾ ਡਾਇਬਟੀਜ਼ ਦਾ ਪੇਸ਼ੈਂਟ ਆ, ਮਰੀਜ਼ ਆ, ਆਪਾਂ ਕਹਿ ਦਈਏ ਸ਼ੂਗਰ ਆ, ਉਹਨੂੰ ਸਾਰੇ ਫਰੂਟ ਬੰਦ ਹੋ ਜਾਂਦੇ ਉਹਦੇ, ਆਪਾਂ ਫਰੂਟ ਨਹੀਂ ਖਾ ਸਕਦੇ। ਇਹ ਸਟ੍ਰੋਬਰੀ ਸ਼ੂਗਰ ਫ੍ਰੀ ਆ। ਅੱਛਾ ਇਹ ਸ਼ੂਗਰ ਫ੍ਰੀ ਆ ਬਈ, ਮੰਨ ਲਓ ਲੈ ਆ ਵੀ ਕੰਮ ਦੀ ਗੱਲ ਆ। ਲੈ ਡਾਇਬਟੀ ਵਾਸਤੇ ਸ਼ੂਗਰ ਫ੍ਰੀ ਆ, ਉਹ ਜਿੰਨਾ ਮਰਜ਼ੀ ਫਰੂਟ ਕਰੇ ਆ ਉਹਦਾ ਸ਼ੂਗਰ ਨਹੀਂ ਵੱਧਦਾ। ਗੰਦਾ ਕੋਲੈਸਟ੍ਰੋਲ ਜਿਹੜਾ ਖੂਨ ਦੇ ਵਿੱਚ ਉਹਦੀ ਸਫਾਈ ਕਰਦਾ ਇਹ, ਹਾਰਟ ਦੇ ਮਰੀਜ਼ਾਂ ਵਾਸਤੇ ਬਹੁਤ ਵਧੀਆ ਫਰੂਟ ਆ ਇਹ। ਕਣੀਆਂ ਪੈਂਦੀਆਂ ਪਰ ਜਾਣਕਾਰੀ ਅਣਮੁੱਲ ਦੇਣ ਲੱਗਿਆਂ ਤੁਹਾਨੂੰ, ਮੇਰੇ ਹੱਥ ਦੇ ਵਿੱਚ ਸਟ੍ਰਾਬੈਰੀ ਆ, ਆਹ ਦੇਖੋ ਸਟ੍ਰਾਬੈਰੀ, ਬਹੁਤ ਸਵਾਦੀ ਫਲ ਆ। ਆਮ ਤੌਰ 'ਤੇ ਵਿਆਹਾਂ ਵਿਊਹਾਂ 'ਚ ਹੀ ਪਈਦਾ, ਇਹਨੂੰ ਟੁੱਟ ਕੇ ਮੁੱਲ ਮੱਲ ਤਾਂ ਲੈ ਕੇ ਘੱਟ ਖਾਂਦੇ ਆ ਆਪਣੇ ਵਰਗੇ, ਜਦੋਂ ਉਦੋਂ ਸਟਾਲ ਜੀ 'ਤੇ ਪਿਆ ਹੁੰਦਾ ਉਦੋਂ ਅਗਲਾ ਕਹਿੰਦਾ ਆਹ ਸਟ੍ਰਾਬੈਰੀ ਚੱਕੋ, ਇਹਦੇ ਨਾਲ ਖੂਨ ਖਾਨ ਵਧਾਉਂਦੇ ਹਾਂ ਸਰੀਰ ਦਾ। ਪਰ ਇਹ ਆਪਣੇ ਪੰਜਾਬ ਦੇ ਵਿੱਚ ਇਹਦੀ ਖੇਤੀ ਸ਼ੁਰੂ ਹੋ ਗਈ ਆ। ਮੇਰੇ ਨਾਲ ਵੀਰਾ ਖੜਾ, ਵੀਰੇ ਤੇਰਾ ਨਾਂ? ਜਸਪ੍ਰੀਤ ਬਾਈ ਖੜਾ, ਮੋਗੇ ਖੜੇ ਹਾਂ ਅਸੀਂ, ਜਮਾਂ ਸ਼ਹਿਰ ਦੇ ਨਾਲ ਲੱਗ ਜਮਾਂ ਨੇੜੇ ਖੜੇ ਹਾਂ। ਬਾਈ ਜਸਪ੍ਰੀਤ ਆ ਜਿਨ੍ਹਾਂ ਨੇ ਖੇਤੀ ਕੀਤੀ ਆ, ਇਹ 'ਚੋਂ ਕੀ ਬਚਦਾ, ਬਚਦਾ ਵੀ ਆ ਕੁਛ ਕੁ, ਨਹੀਂ ਬਚਦਾ ਵੀ ਆਹ ਟੀਂਡੇ ਜੇ ਆਪ ਖਾਣ ਜੋਗੇ ਹੀ ਬਚਦੇ ਆ, ਕਿੰਨੇ ਕੁ ਕੀ ਗੱਲਬਾਤ? ਆਪਾਂ ਸਾਰੀ ਗੱਲਬਾਤ ਬਾਈ ਜਸਪ੍ਰੀਤ ਨਾਲ ਕਰਦੇ ਹਾਂ। ਪਹਿਲਾਂ ਕਰਦੇ ਹਾਂ ਸਵਾਗਤ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਪਹਿਲਾਂ ਤਾਂ ਤੁਹਾਡਾ ਇਸ ਗੱਲੋਂ ਮੈਂ ਧੰਨਵਾਦ ਕਰਦਾ ਕਿ ਅੱਜ ਮੀਂਹ ਪੈਂਦਾ ਬਾਈ, ਲੱਖਾ ਆਇਆ ਚੱਲ ਕੇ ਤੂਤ ਪਿੰਡ ਤੋਂ, ਹੈ ਨਾ, ਅਤੇ ਚਾਚੇ ਦਾ ਨਾਂ ਮੁਖਤਿਆਰ ਸਿੰਘ, ਮੁਖਤਿਆਰ ਸਿੰਘ ਤੁਹਾਡੇ ਬਾਪੂ ਜੀ ਆ। ਚਾਚਾ ਜੀ ਧੰਨਵਾਦ ਤੁਹਾਡਾ ਵੀ, ਆਹ ਮੇਰੇ ਵਾਸਤੇ ਇਹਨਾਂ ਨੇ ਆਹ ਸਾਰੀਆਂ ਨੰਗੀਆਂ ਕੀਤੀਆਂ ਵੱਟਾਂ ਵੀ ਦਿਸ ਜਾਣ, ਅਸਲ ਦੇ ਵਿੱਚ ਇਹ ਢੱਕੀਆਂ ਹੋਈਆਂ ਸੀ ਠੰਡ ਤੋਂ ਬਚਾਉਣ ਵਾਸਤੇ, ਹੈ ਨਾ ਬਾਈ? ਹਾਂਜੀ ਹਾਂਜੀ। ਇਹ ਅਸਲ ਦੇ ਵਿੱਚ ਗਰਮੀ ਦੀ ਖੇਤੀ ਆ, ਇਹ ਵਿੱਚ ਵਿਚਾਲਾ ਮੌਸਮ ਜਿਹਾ ਭਾਲਦੀ, ਜਿਵੇਂ 22-25 ਡਿਗਰੀ ਟੈਂਪਰੇਚਰ ਤੱਕ ਹੀ ਇਹ ਸਹਿੰਦੀ ਆ, ਅਤੇ ਜੇ ਠੰਡ 'ਚ ਵੀ ਕੁਛ ਹੁੰਦਾ ਕੁਛ ਨਹੀਂ ਇਹਨੂੰ, ਪਰ ਉਹ ਫਰੂਟ ਪੱਕਣ ਵਾਸਤੇ ਆਪਾਂ ਗਰਮੈਸ਼ ਦੇਣ ਵਾਸਤੇ ਲਿਫਾਫਾ ਪਾ ਕੇ ਰੱਖ ਦਿੰਦੇ। ਅੱਛਾ ਵੀ ਮਤਲਬ ਫਰੂਟ ਆ ਜਿਹੜਾ ਉਹ ਗਰਮੀ ਨਾਲ ਜ਼ਿਆਦਾ ਵਧੀਆ ਪੱਕਦਾ, ਮਤਲਬ 25 ਡਿਗਰੀ ਟੈਂਪਰੇਚਰ ਭਾਲਦਾ, ਸਭ ਤੋਂ ਵੱਡੀ ਗੱਲ ਇਹ ਆ। 25 ਭਾਲਦਾ ਜੀ ਇਹ। ਤੇ ਸਾਰਿਆਂ ਨੂੰ ਪਹਿਲਾਂ ਬਾਈ ਸਵਾਲ ਮੇਰਾ ਇਹ ਆ ਵੀ ਇਹ 'ਚੋਂ ਰੁਪਈਏ ਕਿੰਨੇ ਕੁ ਬਚ ਜਾਂਦੇ? ਅਸਲ ਦੇ ਵਿੱਚ ਜੀ ਇਹਦੇ ਵਿੱਚ ਇਹ ਥੋੜ੍ਹਾ ਜਿਹਾ ਜੂਏ ਜੀ ਵਾਲੀ ਖੇਤੀ ਕਹਿ ਦਈਏ ਨਾ, ਕੱਚੀ ਖੇਤੀ ਆ, ਕੱਚੀ ਖੇਤੀ ਹੈ, ਇਹਦੇ ਵਿੱਚ ਰਿਸਕ ਵੀ ਬਹੁਤ ਵੱਡਾ ਵਾ। ਪਹਿਲੀ ਗੱਲ ਤਾਂ ਇਹ ਵੀ ਇਹਨੂੰ ਨਾ ਭਾਈ ਲਾਉਣ 'ਤੇ ਖਰਚਾ ਬੜਾ ਜ਼ਿਆਦਾ ਆ। ਪਹਿਲਾਂ ਰੁਪਈਏ ਦੱਸ ਖਰਚਾ, ਫਿਰ ਦੱਸ। ਹਾਂ ਜੇ ਕਮਾਈ ਦੇ ਸਿਰ 'ਤੇ 4,000 ਟਰੇ ਜੇ ਕੱਢਦੇ ਹਾਂ ਆਪਾਂ, ਮੰਨ ਲਓ 70-80 ਕੁਇੰਟਲ ਜੇ ਕਿੱਲੇ ਦੀ ਕੱਢਦੇ ਹਾਂ ਤੇ ਰੇਟ ਐਵਰੇਜ ਜਿਹਾ ਲਾ ਲਓ ਤੁਸੀਂ 150-200 ਨੂੰ ਕਿਲੋ ਤਾਂ ਚੱਲ ਹੀ ਜਾਂਦੀ ਆ, ਮਹਿੰਗੀ ਵੀ ਵਿਕ ਜਾਂਦੀ ਆ, ਪਿੱਛੋਂ ਜਾ ਕੇ ਸਸਤੀ ਵੀ ਹੋ ਜਾਂਦੀ ਆ। ਕਿੰਨੇ ਕੁ ਰੁਪਈਏ ਬਣ ਜਾਂਦੇ ਮਾੜਾ ਜਿਹਾ ਜੋੜ ਜਿਹਾ ਮਾਰ ਕੇ? ਜੋੜ ਜਿਹਾ ਜੇ ਮਾਰ ਗਏ ਜਾਣੀ ਕਿ 10,00,000 ਦੀ ਤਾਂ ਨਿਕਲ ਹੀ ਆਉਂਦੀ ਆ, ਕਿੱਲੇ 'ਚੋਂ 10,00,000 ਦੀ ਨਿਕਲ ਆਉਂਦੀ ਆ ਜੇ ਟੌਪ ਤੋਂ ਟੌਪ ਵੀ ਜੇ ਚੰਗੀ ਹੋਗੀ ਤਾਂ। ਤੇ ਜੇ ਭਾਂਡੇ ਬੋਰੀ 'ਚ ਪਾਉਣ ਆਵੇ ਤਾਂ ਫਿਰ ਭਾਂਡੇ ਕਿੰਨੇ ਕੁ ਬੋਰੀ 'ਚ ਪੈਂਦੇ? ਵੀ 2-3 ਲੱਖ ਤਾਂ ਪੱਲੇ ਖਾਈ ਜਾਂਦੇ ਜਾਣੀ ਤਾਂ ਵੀ ਖੇਤੀ ਤਾਂ ਫਿਰ ਐਵੇਂ ਹੀ ਵੀ ਮਤਲਬ ਉਵੇਂ ਜਿਹਾ ਸਿਸਟਮ ਵੀ ਜਦੋਂ ਤਾਂ ਬਾਹਲੀ ਨਿਕਲਿਆ ਵੇ ਬਈ ਉਦੋਂ ਤਾਂ ਫਿਰ ਬੰਦਾ ਬੰਦੇ ਸਲਾਹ ਲੈਣ ਲੱਗ ਜਾਂਦੇ ਰਿਸ਼ਤੇਦਾਰ ਬਈ ਉਹਦੀ ਸਟ੍ਰਾਬੇਰੀ ਲਾਈ ਆ ਉਹ ਤਾਂ ਰਹਿ ਲੈਂਦੇ ਆ, ਗਾਹਣੂ ਲਾਵਾਂਗੇ, ਤੇ ਜੇ ਮਾੜੀ ਨਿਕਲੇ ਫਿਰ ਕਹਿੰਦਾ ਉਹ ਤਾਂ ਰਹਿ ਕੇ ਲੈਣੀ ਉਹ ਤਾਂ ਸਟ੍ਰਾਬੇਰੀ ਲਾਈ ਆ, ਹੁੰਦਾ ਏਦਾਂ ਹੀ ਹੈ ਨਾ। ਇਹ ਹੋ ਗਿਆ ਲਾਈ ਕਿਹੜੀ ਰੁੱਤ 'ਚ ਸੀ ਬਾਈ? ਇਹ 4 ਅਕਤੂਬਰ ਨੂੰ ਆਪਾਂ ਲਾਤੇ ਸੀ ਪਲਾਂਟ ਖੇਤ ਦੇ ਵਿੱਚ, 4 ਅਕਤੂਬਰ ਦੀ ਲੱਗੀ ਹੋਈ ਆ, ਸਮਝ ਲਓ ਅੱਜ 100 ਕੁ ਦਿਨ ਦੀ ਅੰਦਾਜ਼ਾ 90-95 ਦਿਨ ਦੀ ਹੋਈ। ਅੱਛਾ ਇਹ ਐਡਾ ਬੂਟਾ 100 ਦਿਨ ਦਾ ਪ੍ਰੀਤ ਇੰਨਾ ਹੀ ਹੋਇਆ? ਅੱਛਾ ਤੁਸੀਂ 100 ਦਿਨ ਦਾ ਬੂਟਾ ਲਾਤਾ, ਏਦੋਂ ਵੱਡਾ ਨਹੀਂ ਹੋਣਾ ਬੂਟਾ? ਇਹ ਗਰੋਥ ਕਰੂਗਾ, ਯਾਨੀ ਕਿ ਵੀ ਥੋੜੀ ਜੀ ਬਸ ਪੱਤੀ ਕੱਢਣੇ ਆਣੇ, ਵੱਡੀ ਵੇਲ ਨਹੀਂ ਹੋਣੀ ਬਸ। ਅੱਛਾ ਵੇਲ ਏਡੀ ਹੀ ਰਹੂਗੀ? ਹਾਂ ਬਸ ਆ ਨਾਲ ਹੀ ਫਲ ਕੱਢੀ ਜਾਂਦੀ। ਕਿੰਨੇ ਦਾ ਬੀ ਪੈ ਗਿਆ ਬਾਈ? 3,00,000 ਖਰਚਾ ਆ ਜਾਂਦਾ ਆਪਣਾ? 2.5 ਲੱਖ ਦੀ ਤਾਂ ਪਨੀਰੀ ਪੈ ਗਈ ਸੀਗੀ ਵਿੱਚ ਦੇ, ਇਕੱਲੀ ਖੇਤ ਦੇ 2.5 ਲੱਖ ਦੀ। ਤੇ ਪਨੀਰੀ ਕਿੱਥੋਂ ਲਿਆਏ? ਪਨੀਰੀ ਪੂਨੇ ਮਹਾਰਾਸ਼ਟਰ ਤੋਂ ਆਈ ਹੈ ਜੀ। ਪੂਨੇ ਤੇ ਆਪਣੇ ਨਹੀਂ ਲੱਗਦੀ ਪਨੀਰੀ? ਪਨੀਰੀ ਮੌਸਮ ਨਹੀਂ ਹੁੰਦਾ ਆਪਣੇ ਤਿਆਰ ਕਰਨ ਵਾਲਾ।
ਅੱਛਾ ਪਨੀਰੀ ਆਉਂਦੀ ਆ ਪੂਨਿਓ ਪੂਨਿਓ ਆਉਂਦੀ ਜਿੱਥੋਂ ਆਪਾਂ ਸਚਨ ਹੋਣਾ ਦੀ ਪ੍ਰੀਤ ਵੀਡੀਓ ਕਰਨ ਗਏ ਸੀ ਉੱਥੋਂ ਆਉਂਦੀ ਆ ਬਈ ਪਨੀਰੀ ਅੱਛਾ ਪਨੀਰੀ ਆਈ ਪੂਨਿਓ 2.5-3 ਲੱਖ ਦੀ ਲੱਗ ਗਈ ਪਨੀਰੀ 100 ਦਿਨ ਤੇ ਕਿੰਨਵੇਂ ਦਿਨ ਤੇ ਜਾ ਕੇ ਫਲ ਦੇਣ ਲੱਗਦਾ ਇਹ 50 ਦਿਨਾਂ ਤੇ ਪਹਿਲਾਂ ਫਲ ਟੁੱਟਣ ਲੱਗ ਗਿਆ ਸੀ ਪਹਿਲਾਂ 50 ਦਿਨਾਂ ਤੇ ਪਾਣੀ ਤੋਂ ਬਚਾਉਣਾ ਪੈਂਦਾ ਇਹ ਨਾ ਤਾਂ ਬਾਹਲਾ ਪਾਣੀ ਭਾਲਦੀ ਆ ਸੋਕਾ ਵੀ ਮਾੜਾ ਤੇ ਡੁੱਬੋ ਵੀ ਮਾੜਾ ਦੋਵੇਂ ਕੁਛ ਹੀ ਆ ਮਤਲਬ ਆਪਾਂ ਇਹ ਕਹਿ ਲਈਏ ਵੀ ਸਰੋਂ ਜੇ ਵਰਗੀ ਫਸਲ ਬਸ 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 ਹਨਾ ਹਾਂ ਬਸ ਕੱਲੀ ਨਵੀਂ ਬਣਾ ਕੇ ਰੱਖਣੀ ਆ ਆਪਾਂ ਬਿੱਡਾਂ ਦੇ ਵਿੱਚ ਬਸ ਵੀ ਜਿਵੇਂ ਸਰੋਂ ਥੋੜੀ ਜਿਹੀ ਸੈੱਲ ਭਾਲਦੀ ਆ ਤੇ ਜੇ ਸੁੱਕ ਗਈ ਤਾਂ ਵੀ ਨਹੀਂ ਵਧੀਆ ਨਿਕਲਦੀ ਤੇ ਜੇ ਬਾਲੀ ਗਿੱਲੀ ਹੋ ਗਈ ਤਾਂ ਵੀ ਮਰ ਜਾਂਦੀ ਇਹ ਤਾਂ ਕਰਕੇ ਬੈੱਡ ਪਾਏ ਆ ਤੇ ਉਹੋ ਜੇ ਮਤਲਬ ਖੇਤ 'ਚ ਬੰਦਾ ਨਾ ਬੀਜੇ ਜਿਹਦੇ 'ਚ ਕਿਸੇ ਪਾਸਿਓਂ ਪਾਣੀ ਆ ਸਕਦਾ ਉੱਥੇ ਨਾ ਬੀਜੇ ਉੱਥੇ ਕਾਮਯਾਬ ਨਹੀਂ ਉੱਥੇ ਫੇਲ ਆ ਉਸ ਥਾਂ ਨਾ ਬੀਜੇ ਤੇ ਇਹ ਬਾਈ ਟ੍ਰੇਨਿੰਗ ਕਿੱਥੋਂ ਲਈ ਵੀ ਆ ਸਟ੍ਰਾਬੇਰੀ ਅਕਸਰ ਰਿਸਕ ਸੀਗਾ ਯਾਰ ਬਹੁਤ ਵੱਡਾ ਆਵੇ ਸਾਡਾ ਬਾਈ ਬੈਠਾ ਲੱਖਾ ਇਹਨੇ ਪੰਗਾ ਲਿਆ ਸੀਗਾ ਅੱਛਾ ਤੇ ਇਹ ਆਂਦਾ ਯਾਰ ਮੇਰੇ ਮਿੱਟੀ 'ਚ ਕਾਮਯਾਬ ਨਹੀਂ ਹੋਈ ਤੇ ਤੂੰ ਪੰਗਾ ਲਿਆ ਇੱਥੇ ਤੇ ਅਸੀਂ ਤੁਰਦੇ ਫਿਰਦੇ ਹਿਮਾਚਲ ਉੱਠ ਗਏ ਪੌਦੇ ਲੱਭਣ ਜੀ ਉੱਥੋਂ ਪੌਦੇ ਲੱਭ ਲਿਆਂਦੇ ਅਸੀਂ ਲਾਤੇ ਪਿਛਲੀ ਯਾਰ 2 ਕਨਾਲਾਂ ਜੀ ਤੇ ਉਹ ਰਲਦੇ ਮਿਲਦੇ ਚੱਲ ਗਏ ਮਿੱਟੀ 'ਚ ਆਪਣੀ 'ਚ ਵੀ ਅਸੀਂ ਕਿਹਾ ਵੀ ਚਲੋ ਵੀ ਆਪਣੇ ਚੱਲ ਸਕਦੇ ਆ ਤੇ ਅਸੀਂ ਚੱਕਿਆ ਕਿ ਕਿੱਲਾ ਲਾ ਸਕਦੇ ਅਜੇ ਮਿੱਟੀ ਕਿਹੋ ਜਿਹੀ ਭਾਲਦਾ ਕੀ ਕੰਡੀਸ਼ਨ ਭਾਲਦਾ ਮਿੱਟੀ ਮਿੱਟੀ ਬਸ ਤੁਹਾਨੂੰ ਦੱਸਤੀ ਵੀ ਪਾਣੀ ਦੀ ਮਾਰ ਨਾ ਪੈਂਦੀ ਉਹ ਮਿੱਟੀ ਕੋਈ ਹੋਵੇ ਚੱਲ ਜਾਂਦੀ ਆ ਰੇਤਲੀ ਦਰਮਿਆਨੀ ਮਿੱਟੀ 'ਚ ਬਾਹਲੀ ਕਾਮਯਾਬ ਆ ਪੱਕੜ ਮਿੱਟੀ 'ਚ ਆਏ ਹਾਂ ਵੀ ਆਪਾਂ ਖੁਰਾਕ ਇਹਨੂੰ ਬਾਹਲੀ ਨਹੀਂ ਦੇ ਸਕਦੇ ਕਿਉਂਕਿ ਪਾਣੀ ਖੜ ਜਾਂਦਾ ਆਪਣਾ ਗਿੱਲ ਬਾਹਲੀ ਫੜ ਜਾਂਦੀ ਮਿੱਟੀ 'ਚ ਜੇ ਆਪਾਂ ਰੇਤਾ ਵਾ ਉਹ ਰੇਤਾ 'ਚ ਪਾਣੀ ਆਏ ਜੀਰਦਾ ਰਹਿੰਦਾ ਜੀਰਦਾ ਰਹਿੰਦਾ ਵੀ ਨਾ ਤਾਂ ਰੇਤਾ ਵਿੱਚ ਜਦੋਂ ਮਾੜਾ ਜਿਹਾ ਪਾਣੀ ਦੇਈਏ ਇਹ ਸੈੱਲ ਗਵਾਵੇ ਨਾ ਤਾਂ ਲੱਕੜ ਬਣੇ ਰੇਤਾ ਹਨਾ ਵੀ ਇਹ ਥੋੜਾ ਜਿਹਾ ਪੋਲਾ ਹੀ ਬਾਹਣ ਪਾਲਦੀ ਮਤਲਬ ਥੋੜਾ ਗਸਰਾ ਬਾਹਣ ਪਾਲਦਾ ਗਸਰਾ ਹੋਵੇ ਪਰ ਹੋਵੇ ਉਪਜਾਊ ਪਰ ਗਸਰਾ ਹੋਵੇ ਉਹ ਚੀਜ਼ ਨੂੰ ਪਾਲਦਾ ਇਹ ਤੇ ਬਾਈ ਇਹਦੀ ਮਾਰਕੀਟਿੰਗ ਮਾਰਕੀਟ ਇੱਦਾਂ ਵਾ ਹੁਣ ਵਿਆਹਾਂ ਵਿਆਹਾਂ ਦੇ ਸੀਜ਼ਨ ਚੱਲੀ ਜਾਂਦੇ ਆ ਆਪਣੀਆਂ ਜਿਵੇਂ ਆੜਤਾਂ ਹੁੰਦੀਆਂ ਦੁਕਾਨਾਂ ਹੁੰਦੀਆਂ ਉੱਥੇ ਸ਼ਹਿਰ ਦੇ ਨੇੜੇ ਆਪਾਂ ਕਾਮਯਾਬ ਆ ਵੀ ਆਪਾਂ ਨੂੰ ਵੀ ਦੂਰ ਨਹੀਂ ਲਿਆਉਣੀ ਪੈਂਦੀ ਸ਼ਹਿਰ ਦੇ ਵਿੱਚ ਲੱਗ ਜਾਂਦੀ ਠੀਕ ਆ ਤੇ ਰੇਟ ਹਰ ਰੋਜ਼ ਦਾ ਰੇਟ ਆ ਰੇਟ ਹਰ ਰੋਜ਼ ਦਾ ਨਿੱਤ ਦਾ ਰੇਟ ਆ ਹਾਂ ਯਾਨੀ ਕਿ ਪਹਿਲਾਂ ਜਿਵੇਂ ਸ਼ੁਰੂ ਸ਼ੁਰੂ 'ਚ ਤਾਂ ਵੀ 800 ਨੂੰ ਵੀ 2 ਕਿਲੋ ਨਿਕਲੀ ਆ ਟਰੇ ਹੁੰਦੀ ਬਣੀ ਤਨੀ ਆਪਣੀ ਹਾਂ ਉਹ 800 ਨੂੰ 400 ਨੂੰ ਕਿਲੋ ਵੀ ਗਈ ਪਰ ਹੌਲੀ ਹੌਲੀ ਘਟਦਾ ਆਉਂਦਾ ਰੇਟ ਤੇ ਹੁਣ ਯਾਨੀ ਕਿ 550-600 ਰੇਟ ਚੱਲੀ ਜਾਂਦਾ ਹਜੇ ਮਾਰਕੀਟ 600 ਗੱਲ ਹਿੰਮਤ ਦੀ ਆ ਜਿਹੜਾ ਬੰਦਾ ਸਵੇਰੋਂ ਉੱਠ ਕੇ ਮੰਡੀ 'ਚ ਜਾਂਦਾ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੰਮ ਦੀ ਬੇਸ਼ੱਕ ਤੁਹਾਡੀਆਂ ਲਾਈਆਂ ਮੂਲੀਆਂ ਬੇਸ਼ੱਕ ਲਾਈਆਂ ਹੁਣ ਗਾਜਰਾਂ ਬੇਸ਼ੱਕ ਆਹ ਇਹ ਜੀ ਖੇਤੀ ਕੀਤੀ ਆ ਜਿਹੜਾ ਬੰਦਾ ਬਾਈ ਸਵੇਰੋਂ ਮੰਡੀ 'ਚ ਜਾਂਦਾ ਨਾ ਉਹ ਬੰਦਾ ਪਹਿਲੀ ਤਾਂ ਗੱਲ ਬਿਮਾਰ ਹੀ ਨਹੀਂ ਹੁੰਦਾ ਸਹੀ ਗੱਲ ਤੁਸੀਂ ਮੰਡੀ 'ਚ ਜਾਣਾ ਕਿੰਨੇ ਵਜੇ ਸਵੇਰੋਂ ਉੱਠ ਕੇ ਤੁਰਨਾ 3 ਵਜੇ ਪਹਿਲਾਂ ਤਾਂ 3 ਵਜੇ ਉੱਠਿਆ ਰੱਬ ਦਾ ਨਾਂ ਲਿਆ ਬੰਦਾ ਗਿਆ ਮੰਡੀ 'ਚ ਫਿਰ ਅਗਲੀ ਗੱਲ ਇਹ ਹੋ ਗਈ ਵੀ ਜਾ ਕੇ ਉੱਥੇ ਨਿਰਣੇ ਕਾਲਜੇ ਗਾਜਰ ਖਾ ਲਈ ਸਟ੍ਰਾਬੇਰੀ ਖਾ ਲਈ ਸਵੇਰੋਂ ਭੁੱਖ ਲੱਗੀ ਹੁੰਦੀ ਹੈ ਬੰਦਾ ਖਾਂਦਾ ਉੱਥੇ ਕੱਚਾ ਮਾਲ ਮੰਡੀ ਦੇ ਵਿੱਚ ਹਨਾ ਤੇ ਉਹਦੇ ਨਾਲ ਮਾਲਕ ਦੀ ਕਿਰਪਾ ਨਾਲ ਬੰਦੇ ਦੀ ਸਿਹਤ ਵੀ ਚੰਗੀ ਰਹੀ ਹਨਾ ਤੇ ਇੱਕ ਜਦੋਂ ਨੂੰ ਮੇਰੇ ਵਰਗਿਆਂ ਨੇ ਖੇਸ ਲਾਉਣੇ ਆ ਤੇ ਉਦੋਂ ਨੂੰ ਤੇਰੇ ਵਰਗਾ 5-7 ਹਜ਼ਾਰ ਰੁਪਈਆ ਵੱਟ ਕੇ ਵੀ ਘਰੇ ਆ ਜਾਂਦਾ ਇਹ ਚੀਜ਼ ਦਾ ਫਰਕ ਆ ਸਿਆਣੇ ਕਹਿੰਦੇ ਹੁੰਦੇ ਆ ਹਿੰਮਤ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ ਹੈਂ ਹਿੰਮਤ ਅੱਗੇ ਲੱਛਮੀ ਆ ਸਿਆਣੇ ਕਹਿੰਦੇ ਹੁੰਦੇ ਆ ਇਹ ਥੋੜੀ ਹਿੰਮਤ ਅੱਗੇ ਲੱਛਮੀ ਆ ਤੇ ਐਗਤੀ ਸੀਜ਼ਨ ਚੰਗਾ ਚੱਲ ਰਿਹਾ ਨਹੀਂ ਵਧੀਆ ਚੱਲ ਰਿਹਾ ਹਾਲ ਦੀ ਘੜੀ ਤਾਂ ਬਹੁਤ ਸੋਹਣੀ ਚੱਲ ਰਿਹਾ ਜਿਵੇਂ ਕਿ ਆਪਣਾ ਖਰਚਾ ਨੇੜ ਵੱਜਿਆ ਥੋੜੇ ਬਹੁਤ ਹੀ ਰਹਿ ਗਏ ਖਰਚੇ 'ਚ ਪੂਰੇ ਕਰ ਜਾਂਗੇ ਇਹਦੀ ਸਪੈਸ਼ਲ ਟ੍ਰੇਨਿੰਗ ਹੋਰ ਕਿਤੇ ਨਹੀਂ ਜਾਣੀ ਕਿ ਵੈਸੇ ਰਿਸਕ ਆ ਪੰਜਾਬ ਦੀ ਖੇਤੀ ਤਾਂ ਇਹਨੂੰ ਕਹਿੰਦੇ ਨੇ ਹਜੇ ਯੂਨੀਵਰਸਿਟੀਆਂ ਵੱਲੋਂ ਪ੍ਰੂਵ ਨਹੀਂ ਕੀਤੀ ਹਰਿਆਣੇ 'ਚ ਬਹੁਤ ਲੱਗਣ ਲੱਗ ਗਈ ਆ ਹਜੇ ਪੰਜਾਬ ਵਾਲੇ ਇੰਨੀ ਜਾਣੀ ਕਿ ਸਹੂਲਤਾਂ ਨਹੀਂ ਦੇ ਰਹੇ ਚੀਜ਼ 'ਤੇ ਜਾਣਕਾਰੀ ਵੀ ਆਪਾਂ ਨੂੰ ਆਪਦਾ ਐਕਸਪੀਰੀਅੰਸ ਹੀ ਲੈਣਾ ਪੈਂਦਾ ਕੋਈ ਸਬਸਿਡੀ ਨਹੀਂ ਸਬਸਿਡੀ ਹੈਗੀ ਇਹਦੇ 'ਤੇ ਫਾਈਲਾਂ ਪਈਆਂ ਵਾ ਬਸ ਭਰਦੇ 1-2 ਦਿਨਾਂ 'ਤੇ ਕਹਿ ਤਾਂ ਰਹੇ ਸਬਸਿਡੀ ਹੈਗੀ ਆ ਪ੍ਰੀਤ ਇੱਧਰ ਨੂੰ ਚੱਲੋ ਡ੍ਰਿਪ ਸਿਸਟਮ ਲਾਇਆ ਬਾਈ ਡ੍ਰਿਪ ਸਿਸਟਮ 'ਤੇ ਖਰਚਾ ਬਹੁਤ ਆ ਗਿਆ ਹੋਊਗਾ ਡ੍ਰਿਪ ਸਿਸਟਮ 'ਤੇ ਜਿੱਦਾਂ ਆਪਣਾ 1,00,000 ਰੁਪਏ ਦਾ ਕੰਪਨੀ ਦਾ ਪ੍ਰੋਜੈਕਟ ਹੁੰਦਾ ਹੈ ਪੂਰਾ ਕਿੱਲੇ 1 ਏਕੜ ਦਾ ਜੀ ਤੇ ਇਹਦੇ ਵਿੱਚੋਂ 80% ਗਵਰਨਮੈਂਟ ਵੱਲੋਂ ਸਬਸਿਡੀ ਆਪਾਂ ਨੂੰ ਮਿਲਦੀ ਹੈ ਬਾਈ ਮੈਨੂੰ ਐਂ ਲੱਗਦਾ ਵੀ ਇਹ ਆਪਦੇ ਖੇਤ ਤੁਸੀਂ ਤੁਹਾਡਾ ਆਪਣਾ ਖੇਤ ਆ ਹਨਾ ਤਾਂ ਕਰਕੇ ਤੁਸੀਂ ਰਿਸਕ ਲੈ ਲਿਆ ਨਹੀਂ ਇੰਨੇ ਬਗਾਨੇ ਖੇਤ 'ਚ ਇਹ ਕੰਮ ਨਹੀਂ ਕਰ ਸਕਦਾ ਹਨਾ ਨਹੀਂ ਜੀ ਵੀ ਆਪਣੇ ਖੇਤ 'ਚ ਸੀਗਾ ਕਰਕੇ ਤੇ ਲਾ ਲਿਆ ਮੈਂ ਤੁਹਾਡੇ ਸਾਰੇ ਖੇਤ 'ਚ ਬਾਈ ਜ਼ਿਆਦਾ ਲਫਾਫੇ ਨਾ ਲਾ ਵੀਰੇ ਪਰੇਸ਼ਾਨੀ ਹੋਊਗੀ ਕਿਉਂਕਿ ਵੀਰੇ ਮੁੜ ਕੇ ਤੁਹਾਨੂੰ ਚੜਾਉਣੇ ਪੈਣੇ ਆ ਯਾਰ ਲਫਾਫੇ ਚੜਾਉਣੇ ਪੈਣਗੇ ਤੇ ਆਹ ਹੇਠਾਂ ਲਫਾਫਾ ਤੁਸੀਂ ਇਸ ਕਰਕੇ ਲਾਤਾ ਬਈ ਇਹ ਲਫਾਫੇ ਨਾਲ ਥੱਲੇ ਕੱਖ ਨਾ ਹੋਣ ਇੱਕ ਕੱਖ ਨਾ ਹੋਵੇ ਤੇ ਇੱਕ ਜਿਹੜਾ ਫਰੂਟ ਹੈ ਸੈਂਸਿਟਿਵ ਜਿਹਾ ਹੁੰਦਾ ਜੇ ਲਫਾਫਾ ਮਿੱਟੀ ਨਾਲ ਲੱਗ ਗਿਆ ਤੇ ਗਲ ਜਾਂਦਾ ਹੈ
ਰੋਜ ਲਾਉਣਾ ਰੋਜ ਪਾਉਣਾ ਕਮਜ਼ੋਰ ਹੋ ਜਾਂਦਾ ਹੋ ਕੇ ਉਹ ਪਾੜ ਜਾਣਾ ਧੁੱਪਾਂ ਧੱਪਾਂ ਪੈ ਕੇ ਹੋ ਜਾਣਾ ਇਹ ਇਹ ਜਾਣੇ ਦਾ ਆਪਾਂ ਨੂੰ ਸਿੱਟਣਾ ਹੀ ਪੈਣਾ ਇਹ ਸਿੱਟਣਾ ਹੀ ਪੈਣਾ ਤਾਂ ਕਵਾੜੀਆ ਲੈ ਕੇ ਜਾਊਗਾ ਜੀ ਬਾਅਦ ਤੇ ਇਹ ਲਫਾਫਾ ਵਿਛਾਉਣ ਵਾਲੀ ਕੋਈ ਮਸ਼ੀਨ ਜਿਹੜਾ ਨਹੀਂ ਇਹਦੇ ਵਿੱਚ ਇੱਦਾਂ ਵਾ ਆਪਾਂ ਬੈੱਡ ਬਣਾ ਲਏ ਕੇਰਾਂ ਬੈੱਡ ਬਣਾ ਲਏ ਤੇ ਇਹਦੇ ਉੱਤੇ ਨਰਸਰੀ ਲਾ ਦੇਣੀ ਆਪਾਂ ਲਿਆ ਕੇ ਉਦੋਂ ਗਰਮੀ ਹੁੰਦੀ ਆ ਗਰਮੀ ਦੇ ਵਿੱਚ ਜੇ ਆਪਾਂ ਕਾਲਾ ਲਫਾਫਾ ਪਾਤਾ ਤੇ ਸੇਕ ਨਾਲ ਹੀ ਪੌਦੇ ਮੱਚ ਜਾਂਦੇ ਆ ਜਦੋਂ ਟੈਂਪਰੇਚਰ ਆਪਾਂ ਨੂੰ ਪਤਾ ਲੱਗ ਗਿਆ ਵੀ 25 ਡਿਗਰੀ ਰਹਿ ਗਿਆ ਤੇ ਫੁੱਲ ਕੱਢਣ ਲੱਗ ਗਈ ਹੁਣ ਫਰੂਟ ਤਿਆਰ ਹੋਣ ਲੱਗ ਗਿਆ ਮੌਸਮ ਠੰਡਾ ਹੋ ਗਿਆ ਆਪਾਂ ਉਦੋਂ ਲਫਾਫਾ ਵਿਛਾਉਣੇ ਆ ਇਹ ਫਿਰ ਇਕੱਲਾ ਇਕੱਲਾ ਪੌਦਾ ਲਫਾਫੇ 'ਚ ਬਾਹਰ ਕੱਢਣਾ ਪੈਂਦਾ ਇਹ ਤਾਂ ਫਿਰ ਇਸ ਹਿਸਾਬ ਨਾਲ 1 ਕਿੱਲੇ ਤੇ ਮੇਰੇ ਹਿਸਾਬ ਨਾਲ 10 ਬੰਦਿਆਂ ਦੇ 10 ਦੇਣ ਲੱਗ ਜਾਂਦੇ ਹੋਣਗੇ ਇਦਾਂ ਵੀ ਲੇਬਰ ਨੂੰ ਟ੍ਰੇਨਡ ਕਰਨਾ ਪੈਂਦਾ ਕੁਛ ਮੈਂ ਆਪ ਨਾਲ ਨੂੰ ਲੱਗਾ ਯਾਨੀ 4 ਕਿੱਦਣਾ ਚੈੱਕ ਕਿੱਲੇ 'ਚ ਅਸੀਂ ਲਫਾਫਾ ਪਾਤਾ ਤੇ ਬੂਟੇ ਬਹੁਤ ਮਰ ਜਾਂਦੇ ਹੋਣਗੇ ਅਣਜਾਣ ਬੰਦਾ ਬੂਟੇ ਬਹੁਤ ਮਰ ਜਾਂਦੇ ਹੁੰਦਾ ਵਾ ਕਿਉਂਕਿ ਇਹ ਗਰਮ ਕਰ ਕਰਕੇ ਲਫਾਫੇ 'ਚ ਮੋਰੀਆਂ ਕੱਢੀਆਂ ਕਿ ਨਹੀਂ ਨਹੀਂ ਇਹ ਵੈਸੇ ਬਾਅਦ ਪਹਿਲੇ ਸਾਲ ਤਾਂ ਸਾਨੂੰ ਵੀ ਨਹੀਂ ਤਜਰਬਾ ਵੀ ਬੰਕਰਾਂ ਦੇ ਡੱਕੇ ਲਾ ਲਾ ਨਿਸ਼ਾਨੀਆਂ ਲਾਉਂਦੇ ਸੀ ਵੀ ਉੱਤੇ ਲਫਾਫਾ ਪਾਵਾਂਗੇ ਨਿਸ਼ਾਨੀਆਂ ਹੁਣ ਬਸ ਤਜਰਬਾ ਜਿਹਾ ਹੋ ਗਿਆ ਯਾਨੀ ਕਿ ਲਫਾਫਾ ਜਦੋਂ ਖਿੱਚ ਕੇ ਪਾ ਦੇਈ ਦਾ ਤੇ ਪੌਦੇ ਦੀ ਨਿਸ਼ਾਨੀ ਮਿਲ ਜਾਂਦੀ ਥੱਲੇ ਵੀ ਨਿੱਕਾ ਜਿਹਾ ਮਾੜਾ ਜਿਹਾ ਦਿਸਦਾ ਹਾਂ ਵੀ ਇਹ ਪੌਦਾ ਥੱਲੇ ਹੈਗਾ ਫਿਰ ਉੱਥੇ ਸਰਾਖ ਕੱਢ ਕੇ ਪੌਦਾ ਬਾਹਰ ਕੱਢ ਪੌਦਾ ਬਾਹਰ ਕੱਢ ਲਈਦਾ ਬਸ ਕੰਮ ਯਾਰ ਵੈਸੇ ਤੁਹਾਡਾ ਕੰਮ ਔਖਾ ਹੈ ਬਈ ਜੇ ਆਪਾਂ ਕਹਿ ਲਈਏ ਵੀ ਹਰੇਕ ਵੀਡੀਓ ਦੇਖਣ ਵਾਲਾ ਬੰਦਾ ਬਈ ਕਹਿ ਦੇਵੇ ਵੀ ਮੈਂ 2 ਬੈੱਡ ਵੀ ਲਾ ਲੂ ਔਖਾ ਬੇਹਿੰਮਤੇ ਲਈ ਔਖਾ ਜਿਹੜਾ ਹਿੰਮਤ ਹਿੰਮਤ ਵਾਲਾ 20 ਕਿੱਲੇ ਵੀ ਲਾ ਲੂ ਹਾਂ ਜਿਹੜਾ ਸਬਜ਼ੀ ਸੁਬਜ਼ੀ ਦਾ ਕੰਮ ਕਰਦਾ ਹੋਰ ਗੱਲ ਹੈ ਕਿ ਠੱਗੀ ਬਹੁਤ ਹੈ ਇਹਦੇ ਵਿੱਚ ਹਿਮਾਚਲ ਤੋਂ ਬੂਟੇ ਆਉਂਦੇ ਆ ਜੀ ਬੇਰੂਟ ਉਹ ਲੋਕ ਉਧਰੋਂ ਲਿਆ ਕੇ ਆਪਣੇ ਪੈਸੇ ਵੱਟ ਕੇ ਦੇਈ ਜਾਂਦੇ ਆ ਘਰਾਂ ਵਾਲੇ ਨੂੰ ਸ਼ੌਕ ਹੁੰਦਾ ਮੈਂ ਲਾਵਾਂ ਵੀ 100 ਬੂਟਾ ਲੈ ਲਿਆ 50 ਲੈ ਲਏ ਤੇ ਬਾਈ ਜੀ ਉਹ ਬੂਟੇ ਹੁੰਦੇ ਹੀ ਨਹੀਂ ਬੇਰੂਟ ਆ ਜਿਹੜੇ ਆਪਣੇ ਲੋਕ ਹਜੇ ਵੀ ਪਿੰਡਾਂ ਦੇ ਵਿੱਚ ਇਹ ਗੱਲ ਸਮਝਦੇ ਆ ਵੀ ਬਾਹਰ ਬੁੜੇ ਬੇਰੀਆਂ ਤੋੜਦੇ ਆ ਉਹਨਾਂ ਨੂੰ ਐਂ ਲੱਗਦਾ ਵੀ ਐਂ ਪੌਡੇ ਲਾ ਲਾ ਖਮੀ ਦੂਜੀ ਬੇਰੀ ਤੋੜਦੇ ਉਹ ਆਹਾ ਬੇਰੀ ਤੋੜਦੇ ਉਹ ਚਾਚਾ ਤੁਰਿਆ ਫਿਰਦਾ ਨਾ ਉਹ ਚਾਚਾ ਕੈਨੇਡਾ ਵਾਲੀ ਬੈਰੀ ਤੋੜੀ ਜਾਂਦਾ ਉਹ ਕੈਨੇਡਾ 'ਚ ਫਿਰਦਾ ਉਹ ਡਾਲਰ ਇਕੱਠੇ ਕਰੀ ਜਾਂਦਾ ਉਹ ਉਸੇ ਚਾਚਾ ਡਾਲਰ ਹਰਾ ਅੱਜ ਚਾਚੇ ਦਾ ਹਾਂ ਅੱਜ ਹਰੇ ਡਾਲਰ ਉਹ ਉਸੇ ਚਾਚਾ ਇਕੱਠੇ ਕਰੀ ਜਾਂਦਾ ਤੇ ਇਹਦੀ ਨਿਸ਼ਾਨੀ ਬਸ ਆਹ ਜਦੋਂ ਲਾਲ ਹੋ ਗਿਆ ਉਦੋਂ ਪੱਕ ਗਿਆ ਬਸ ਪੱਕ ਗਿਆ ਇਹ ਜਾਣੀ ਕਿ ਆਪਾਂ ਨੂੰ ਥੋੜ੍ਹੀ ਜਿਹੀ ਖੜ ਵੀ ਤੋੜਨੀ ਪੈਂਦੀ ਹੈ ਜਿੱਦਾਂ ਥੋੜ੍ਹੀ ਜਿਹੀ ਕੱਚੀ ਆ ਕਿਉਂਕਿ ਆਪਾਂ ਤੋੜ ਕੇ ਪੈਕਿੰਗ ਕਰਕੇ ਮੰਡੀ ਭੇਜਤੀ ਤੇ ਇਹ 1-2 ਦਿਨਾਂ ਤੱਕ ਵਿਕਣੀ ਹੈਗਾ ਉਦੋਂ ਤੱਕ ਜੇ ਬਾਹਲਾ ਪੱਕਿਆ ਫਰੂਟ ਤੋੜਤਾ ਤੇ ਉਹ ਖਰਾਬ ਹੋਣ ਲੱਗ ਜਾਂਦਾ ਖੜਵਾਂ ਤੋੜੀ ਦਾ ਉਹ ਜਾਂਦਾ ਜਾਂਦਾ 2 ਦਿਨਾਂ 'ਚ ਪੱਕ ਜਾਂਦਾ ਠੀਕ ਆ ਜੇ ਦੁਕਾਨ ਤੇ ਰਹਿ ਵੀ ਜਾਓ ਨਾ ਕਿਸੇ ਦੁਕਾਨਦਾਰ ਕੋਲੇ ਤੇ ਉਹ 2 ਦਿਨ ਖਰਾਬ ਨਹੀਂ ਹੁੰਦਾ ਯਾਰ ਆਪਣੇ ਪੰਜਾਬ ਦੇ ਕਿਸਾਨ ਨਾ ਹੁਨਰੀ ਬਹੁਤ ਆ ਗੱਲ ਕਰ ਸਪੋਰਟ ਹੈ ਸਪੋਰਟ ਦੀ ਘਾਟ ਆ ਜੀ ਸਪੋਰਟ ਹੈ ਨਹੀਂ ਬਾਈ ਜੇ ਕਿਤੇ ਜਸਪ੍ਰੀਤ ਸਪੋਰਟ ਹੋਵੇ ਨਾ ਫਿਰ ਆਪਾਂ ਗਰਦ ਕੱਢ ਦਈਏ ਤੇ ਹੁਣ ਜੇ ਆਪਾਂ ਕਹਿ ਦਈਏ ਸਟ੍ਰਾਬਰੀ ਆਪਾਂ ਕਹਿੰਦੇ ਕੈਨੇਡਾ ਅਮਰੀਕਾ ਹੁੰਦੀ ਆ ਤੇ ਲੋ ਪੰਜਾਬ ਦੇ ਵਿੱਚ ਵੀ ਹੋਗੀ ਆ ਲੈ ਆ ਹੋਗੀ ਸਾਡੀ ਵੀ ਹੋਗੀ ਤੇ ਜੇ ਅਸੀਂ ਇੱਥੇ ਲੇਬਰ ਸਸਤੀ ਇੱਥੇ ਬਾਹਰਲੇ ਮੁਲਕ ਨਾਲੋਂ ਸਭ ਕੁਝ ਸਸਤਾ ਲੇਬਰ ਸਸਤੀ ਸਭ ਕੁਝ ਸਸਤਾ ਤੇ ਯਾਰ ਅਸੀਂ ਬਾਹਰਲੇ ਮੁਲਕਾਂ ਨੂੰ ਇਹ ਭੇਜ ਸਕਦੇ ਹਾਂ ਐਕਸਪੋਰਟ ਕਰ ਸਕਦੇ ਹਾਂ ਆਹ ਲੈ ਚਾਚਾ $40 ਬਣਾ ਲਿਆ ਲੈ ਲੈ ਇਹ ਐਂ ਹੋ ਜਾਣੀ ਆ ਪੈਕ ਅੱਛਾ ਬਾਈ ਆਹ ਯਾਰ ਪੈਕਿੰਗ ਵਾਲਾ ਆਹ ਡੱਬੇ ਜੇ ਹੈ ਇਹ ਸਾਰਾ ਕੁਝ ਫਿਰ ਆਪਾਂ ਨੂੰ ਆਪਦਾ ਹੀ ਲਿਆਉਣਾ ਪੈਂਦਾ ਪੈਕਿੰਗ ਬਸ ਇਹੀ ਖਰਚੇ ਜ਼ਿਆਦੇ ਆ ਤੇ ਵੈਸੇ ਹਰਿਆਣੇ 'ਚ ਤਾਂ ਪੈਕਿੰਗ ਉੱਤੇ ਵੀ ਸਬਸਿਡੀ ਆ ਗਵਰਨਮੈਂਟ ਵੱਲੋਂ ਅੱਛਾ ਹਾਂ ਉੱਥੇ ਤਾਂ ਉੱਥੋਂ ਦੀ ਸਰਕਾਰ ਤਾਂ ਨਾ ਇਹ ਪੈਕੇਜਿੰਗ ਕਰਦੇ ਆ ਆਪਾਂ ਇਹ 'ਤੇ ਵੀ ਸਬਸਿਡੀ ਦਿੰਦੇ ਲੈ ਇਹ ਆਹ ਚਾਚਾ ਤੋੜ ਲਿਆ ਲੈ ਆਹ ਡਾਲਰ ਬਣ ਗਏ ਕਰੋ ਗੱਲ ਮੈਂ ਵੀ ਕੈਨੇਡਾ ਹੀ ਖੜਾ ਤੇ ਆ ਬਣ ਗਈ ਲੈ ਬਈ ਆਹ ਕਰਤਾ ਬਾਈ ਨੇ ਪੈਕ ਇਹ ਪੈਕ ਕਰਕੇ ਤੇ ਆਏ ਇਹ ਜਿਮ ਜੁੰਮ ਵਾਲੇ ਮੁੰਡੇ ਬਹੁਤ ਖਾਂਦੇ ਆ ਇਹ 'ਚ ਗੁਣ ਕੀ ਆ ਬਾਈ ਗੁਣ ਤੁਸੀਂ ਕਹਿ ਲਓ ਵੀ ਸਾਰੇ ਫਰੂਟਾਂ ਨਾਲੋਂ ਹੀ ਵੱਧ ਗਾਉਣਾ ਆਪਣੇ ਹਾਰਟ ਵਾਸਤੇ ਬਹੁਤ ਵਧੀਆ ਵਾ ਜਿੱਦਾਂ ਜਿਹਨੂੰ ਇੱਕ ਜਿਹੜਾ ਡਾਇਬਟੀਜ਼ ਦਾ ਪੇਸ਼ੈਂਟ ਆ ਮਰੀਜ਼ ਆ ਆਪਾਂ ਕਹਿੰਦੇ ਸ਼ੂਗਰ ਆ ਉਹਨੂੰ ਸਾਰੇ ਫਰੂਟ ਬੰਦ ਹੋ ਜਾਂਦੇ ਉਹਦੇ ਆਪਾਂ ਫਰੂਟ ਨਹੀਂ ਖਾ ਸਕਦੇ ਇਹ ਸਟ੍ਰਾਬਰੀ ਸ਼ੂਗਰ ਫ੍ਰੀ ਆ ਅੱਛਾ ਇਹ ਸ਼ੂਗਰ ਫ੍ਰੀ ਆ ਬਈ ਮੰਨ ਲਓ ਲੈ ਆ ਵੀ ਕੰਮ ਦੀ ਗੱਲ ਆ ਲੈ ਅੱਛਾ ਡਾਇਬਟੀ ਵਾਸਤੇ ਸ਼ੂਗਰ ਫ੍ਰੀ ਆ ਉਹ ਜਿੰਨਾ ਮਰਜ਼ੀ ਫਰੂਟ ਕਰੇ ਐ ਉਹਦਾ ਸ਼ੂਗਰ ਨਹੀਂ ਵੱਧਦਾ ਹੈ ਹਾਂ ਹੱਥ ਹੋ ਗਈ ਨਾਲੇ ਮਿੱਠਾ ਬਹੁਤ ਆ ਹਾਂ ਗੰਦਾ ਕੋਲੇਸਟ੍ਰੋਲ ਜਿਹੜਾ ਖੂਨ ਦੇ ਵਿੱਚ ਉਹਦੀ ਸਫਾਈ ਕਰਦਾ ਇਹ ਹਾਰਟ ਦੇ ਮਰੀਜ਼ਾਂ ਵਾਸਤੇ ਬਹੁਤ ਵਧੀਆ ਫਰੂਟ ਹੈ ਇਹ
ਤੇ ਜੇ ਬੰਦਾ ਮੰਨ ਲਓ ਮੰਡੀ ਤੋਂ ਬਾਹਰ ਤੁਹਾਡੇ ਤੋਂ ਸਿੱਧਾ ਖਰੀਦਣਾ ਜੇ ਤੇ ਇੱਥੇ ਐਡਰੈਸ ਦੇ ਦਿਆਂ ਦੇ ਦਿਓ ਕੋਈ ਚੱਕਰ ਨਹੀਂ ਲੈ ਵੀ ਗੱਲ ਸੁਣ ਲਓ ਐਡਰੈਸ ਸੁਣ ਲਓ ਇੱਧਰ ਧਿਆਨ ਨਾਲ ਜਦੋਂ ਤੁਸੀਂ ਬੁੱਗੀਪੁਰੇ ਤੋਂ ਜਾਣਾ ਦਰਬਾਰ ਸਾਹਿਬ ਵੱਲ ਨੂੰ ਮਤਲਬ ਅੰਮ੍ਰਿਤਸਰ ਸਾਹਿਬ ਵੱਲ ਨੂੰ ਤੇ ਸਿਰਫ ਤੁਸੀਂ ਨਾ ਇੱਕ ਅੱਧਾ ਕਿਲੋਮੀਟਰ ਹੀ ਬੁੱਗੀਪੁਰੇ ਚੌਂਕ ਤੋਂ ਜਾਣਾ ਸਿਰਫ ਅੱਧਾ ਕਿਲੋਮੀਟਰ ਅੱਧੇ ਕਿਲੋਮੀਟਰ 'ਤੇ ਬੋਰਡ ਲੱਗਿਆ ਹੋਇਆ ਜਿਹਦੇ ਉੱਤੇ ਲਿਖਿਆ ਜਲੰਧਰ ਇੰਨੇ ਕਿਲੋਮੀਟਰ ਫਲਾਨਾ ਇੰਨੇ ਅੰਮ੍ਰਿਤਸਰ ਇੰਨੇ ਕਿਲੋਮੀਟਰ ਸਾਰਾ ਲਿਖਿਆ ਉਹਦੇ ਬਿਲਕੁਲ ਸਾਹਮਣੇ ਆਪਾਂ ਆਈਏ ਬਰਨਾਲੇ ਵਾਲੇ ਪਾਸਿਓਂ ਤਾਂ ਮੋਟਾ ਜਿਹਾ ਹਿਸਾਬ ਆ ਵੀ ਇਹ ਤੁਹਾਡੇ ਆਊਗਾ ਸੱਜੇ ਹੱਥ ਅਤੇ ਜੇ ਤੁਸੀਂ ਆਓਗੇ ਜਲੰਧਰ ਵਾਲੇ ਪਾਸਿਓਂ ਅੰਮ੍ਰਿਤਸਰ ਸਾਹਿਬ ਵਾਲੇ ਪਾਸਿਓਂ ਤਾਂ ਫਿਰ ਤੁਹਾਡੇ ਖੱਬੇ ਹੱਥ ਹਾਂ ਇਹ ਤਲਵੰਡੀ ਭੰਗੇਰੀਆਂ 'ਚ ਆ ਭੰਗੇਰੀਆਂ ਪਿੰਡ ਇਹ ਤਲਵੰਡੀ ਭੰਗੇਰੀਆਂ ਜਿੱਥੇ ਖਾਲਸਾ ਸਟੱਡ ਫਾਰਮ ਆ ਉੱਥੇ ਆ ਉੱਥੇ ਆ ਜੀ ਇਹ ਖਾਲਸਾ ਸਟੱਡ ਫਾਰਮ ਵਾਲੇ ਦੇ ਬਿਲਕੁਲ ਕੋਲੇ ਆ ਅਸੀਂ ਜਿਹਦੀ ਵੀਡੀਓ ਕਰਕੇ ਜਾਂਦੇ ਹੁੰਦੇ ਆ ਬਾਈ ਦੀ ਉਹਦੇ ਬਿਲਕੁਲ ਨੇੜੇ ਨੇੜੇ ਆ ਹਾਂਜੀ ਬਲੂ ਵੈਲ ਹੋਟਲ ਆ ਇੱਕ ਪਾਸੇ ਤਾਜ ਹੋਟਲ ਆ ਬਸ ਵਿਚਾਲੇ ਆ ਤਾਜ ਹੋਟਲ ਦੀ ਲੋਕੇਸ਼ਨ ਭਰ ਸਕਦੇ ਆ ਤੁਸੀਂ ਤਾਜ ਹੋਟਲ ਮੋਗਾ ਹਾਂ ਤੇ ਬਿਲਕੁਲ ਨਾਲ ਬਲੂ ਹੈਲ ਹੋਟਲ ਆ ਬਲੂ ਹੈਲ ਹੋਟਲ ਦੀ ਵੀ ਤੁਸੀਂ ਲੋਕੇਸ਼ਨ ਭਰ ਸਕਦੇ ਆ ਉੱਥੇ ਵੀ ਬਿਲਕੁਲ ਬਾਈ ਹੁਣੀ ਤੁਹਾਡੇ ਕੋ ਇੱਥੇ ਮਿਲ ਜਾਣਗੇ ਵੈਲਕਮ ਕਰਦੇ ਜਦੋਂ ਮਰਜ਼ੀ ਸਟ੍ਰਾਬੈਰੀ ਜੇ ਤੁਸੀਂ ਲਿਜਾਣੀ ਹੋਵੇ ਤਾਂ ਵੀ ਨੰਬਰ ਮੈਂ ਤੁਹਾਨੂੰ ਨੰਬਰ ਦੇ ਦਿਆਂ ਬਾਈ ਤੇਰਾ ਨੰਬਰ ਦੇ ਦਿਆਂ ਨੰਬਰ ਦੇ ਦਿੰਦਾ ਤੁਹਾਨੂੰ ਫਿਰ ਤਾਂ ਜਮਾਂ ਹੀ ਸਖਾਲਾ ਹੋ ਗਿਆ ਕੰਮ ਵੀ ਜੇ ਬਾਈ ਚਾਂਸ ਬੰਦੇ ਨੇ ਫੋਨ ਤੇ ਕੋਈ ਆਰਡਰ ਕਰਨਾ ਹੁੰਦਾ 5 10 20 ਕਿਲੋ ਚਾਹੀਦੀ ਹੁੰਦੀ ਹੈ ਤੁਹਾਨੂੰ ਫੋਨ ਤੇ ਆਰਡਰ ਕਰ ਦੂਗਾ ਹਾਂਜੀ ਵਿਆਹਾਂ ਵਾਲਿਆਂ ਵਾਸਤੇ ਆਪਾਂ ਆਰਡਰ ਵਿਆਹਾਂ ਵਾਲੇ ਆਰਡਰ ਆ ਬਾਈ ਸਿੱਧੇ ਬੁੱਕ ਕਰੂਗਾ ਬਾਈ ਦੇ ਇੱਥੇ ਤੁਸੀਂ ਮੰਡੀ ਲਾ ਦੇਣੀ ਆ ਹੁਣ ਜਦੋਂ ਮੈਂ ਕਿਤੇ ਨੰਗਾ ਤੇ 2-4 ਗੱਡੀਆਂ ਮੈਨੂੰ ਇਹਦੀ ਖੇਤ ਖੜੀਆਂ ਮਿਲਣੀਆਂ ਚਾਹੀਦੀਆਂ ਬਈ ਠੀਕ ਆ ਕਿਸੇ ਕਿਰਤੀ ਕਿਸਾਨ ਦੇ ਕੋਲੇ ਕੋਈ ਬੰਦਾ ਮਿੱਤਰ ਤੁਰਿਆ ਫਿਰਦਾ ਮਿਲਣ ਆਇਆ ਜਮਾਂ ਮੇਨ ਰੋਡ ਦੇ ਉੱਤੇ ਹੀ ਬੈਠਾ ਜੇ ਕੋਈ ਜਾਣਕਾਰੀ ਰਹਿ ਗਈ ਹੋਈ ਕਮੈਂਟ ਕਰ ਦਿਓ ਦੂਰ ਵਾਲਾ ਆਪਾਂ ਫਿਰ ਪੁੱਛ ਜਾਂਗੇ ਬਾਈ ਤੋਂ ਅਤੇ ਜੇ ਕੋਈ ਜਾਣਕਾਰੀ ਲੈਣੀ ਹੋਈ ਤਾਂ ਤੁਸੀਂ ਬਾਈ ਤੋਂ ਫੋਨ ਨੰਬਰ 'ਤੇ ਵੀ ਲੈ ਸਕਦੇ ਹੋ ਯਾਰ ਮੈਂ ਆਹੀ ਗੱਲ ਮੇਰੀ ਰਹਿ ਗਈ ਸੀ ਪੁੱਛਣ ਵਾਲੀ ਵੀ ਇਹਨੂੰ ਕੋਈ ਬਿਮਾਰੀ ਤਾਂ ਨਹੀਂ ਪੈਂਦੀ ਅੱਛਾ ਬਿਮਾਰੀਆਂ ਬਹੁਤ ਪੈਂਦੀਆਂ ਜੀ ਵੈਸੇ ਔਰਗੈਨਿਕ ਟ੍ਰੀਟ ਕਰਦੇ ਹਾਂ ਆਪਾਂ ਕੋਸ਼ਿਸ਼ ਤਾਂ ਆਪਣੀ ਇਹੀ ਆ ਵੀ ਆਪਾਂ ਜ਼ਹਿਰ ਮੁਕਤ ਖੇਤੀ ਕਰੀਏ ਔਰਗੈਨਿਕਲੀ ਕਰੀਏ ਪਰ ਕੁਛ ਕੁ ਬਿਮਾਰੀਆਂ ਇਹੋ ਜਿਹੀਆਂ ਜਿਹਨਾਂ ਹੱਥ ਫਿਰ ਸਪਰੇ ਕਰਨਾ ਹੱਥ ਖੜੇ ਕਰਾ ਦਿੰਦਾ ਜਮ੍ਹਾਂ ਕਰਾ ਦਿੰਦੀ ਜੀ ਬਿਲਕੁਲ ਹੱਥ ਖੜੇ ਕਰਾ ਦਿੰਦੀ ਹੈ ਬਸ ਇਹਨੂੰ ਇੱਕ ਹੀ ਬਿਮਾਰੀ ਫੰਗਸ ਦੀ ਆਉਂਦੀ ਜੜ੍ਹਾਂ ਤੋਂ ਫੰਗਸ ਪੈਂਦੀ ਹੈ ਇਹਨੂੰ ਪੌਦੇ ਬਸ ਫੰਗਸ ਨਾਲ ਮਰਦੇ ਆ ਅਤੇ ਉੱਲੀ ਤੋਂ ਇੱਕ ਤਾਂ ਪਾਣੀ ਨਾਲ ਹੀ ਬਚਾ ਲਿਆ ਤੁਸੀਂ ਹਾਂ ਪਾਣੀ ਨਾਲ ਬਚਾ ਲਿਆ ਪਰ ਫਿਰ ਵੀ ਨਾ ਨਰਸਰੀ ਦੇ ਵਿੱਚ ਪਿੱਛੋਂ ਕਈ ਵਾਰ ਫੰਗਸ ਆ ਜਾਂਦੀ ਪਿੱਛੋਂ ਆਏਗਾ ਕਿਉਂਕਿ ਬੈਰਸ ਫੰਗਸ ਦਾ ਬੈਰਸ ਆ ਜਿਹੜਾ ਉਹ ਪਿੱਛੋਂ ਆਉਂਦਾ ਉਹ ਬੀਆਂ 'ਚੋਂ ਵੀ ਆ ਜਾਂਦਾ ਬੀਆਂ 'ਚ ਵੀ ਆ ਜਾਂਦਾ ਬੀਆਂ 'ਚੋਂ ਆ ਜਾਂਦਾ ਅਤੇ ਉਹ ਉਹਦੇ 'ਚੋਂ ਬਚਾਉਣਾ ਪੈਂਦਾ ਉਹ ਫੰਗਸ ਫ੍ਰੀ ਕਰਨਾ ਪੈਂਦਾ ਫੰਗਸ ਫ੍ਰੀ ਫੰਗਸ ਫ੍ਰੀ ਕਰਨਾ ਪੈਂਦਾ ਲੈ ਵੀ ਸੱਜਣੋਂ ਵੈਸੇ ਤਾਂ ਆਪਦੇ ਦਮੋਂ ਤਾਂ ਮੈਂ ਪੂਰਾ ਜ਼ੋਰ ਲਾਤਾ ਵੀ ਤੁਹਾਨੂੰ ਗੱਲਬਾਤ ਸਮਝ ਆ ਜੇ ਪੱਲੇ ਪੈ ਜੇ ਕੋਈ ਗੱਲਬਾਤ ਜੇ ਨਾ ਪਈ ਹੋਈ ਤਾਂ ਫਿਰ ਬਾਈ ਮਾਫ਼ੀ ਚਾਹੁੰਦੇ ਹਾਂ ਤੁਸੀਂ ਆਪ ਫੋਨ ਲਾ ਕੇ ਜਾਣਕਾਰੀ ਲੈ ਲਿਓ ਵੀਡੀਓ ਕਿਹੋ ਜਿਹੀ ਲੱਗੀ ਦੱਸਿਓ ਜ਼ਰੂਰ ਜਿਉਂਦੇ ਵਾਸਤੇ ਰਹੋ ਬਹੁਤ ਬਹੁਤ ਧੰਨਵਾਦ।